ਜਤਾ ਕਮੈਂਟ ਆ ਰਹੇ ਸੀ ਵਿਦਿਆਰਥੀਆਂ ਦੇ ਕਿ ਸਰ ਸਾਨੂੰ ਕਲੀਅਰ ਕਰਕੇ ਦੱਸੋ ਸਾਡੇ ਪੇਪਰ ਨਵੰਬਰ ਦੇ ਵਿੱਚ ਹੋਣਗੇ ਜਾਂ ਦਸੰਬਰ ਦੇ ਵਿੱਚ ਹੋਣਗੇ ਤਾਂ ਦੋਸਤੋ ਇਹੀ ਡਾਊਟ ਆਪਣਾ ਹੁਣ ਕਲੀਅਰ ਹੋ ਜਾਏਗਾ ਦੋਸਤੋ ਜਿਹੜੇ ਆਪਣੇ ਪੰਜਾਬ ਬੋਰਡ ਦੇ ਕੰਟਰੋਲਰ ਨੇ ਠੀਕ ਹੈ ਜੀ ਉਹਨਾਂ ਦਾ ਬਿਆਨ ਆ ਚੁੱਕਿਆ ਵਾ ਮਹਿਰੋਕ ਨੇ ਦੱਸਿਆ ਕਿ ਹਰੇਕ ਪ੍ਰੀਖਿਆਰਤੀ ਲਈ ਦੋਸਤੋ ਟਰਮ 1 ਤੇ ਟਰਮ 2 ਦੀਆਂ ਪ੍ਰੀਖਿਆਵਾਂ ਦੇਣਾ ਲਾਜ਼ਮੀ ਹਨ ਠੀਕ ਹੈ ਜੀ ਬੋਰਡ ਵੱਲੋਂ ਦੋਸਤੋ ਟਰਮ 1 ਦੀਆਂ ਪ੍ਰੀਖਿਆਵਾਂ ਦਸੰਬਰ 2021 ਵਿੱਚ ਕਰਵਾਈਆਂ ਜਾ ਰਹੀਆਂ ਹਨ ਠੀਕ ਹੈ ਜੀ ਸਾਰਾ ਡਾਊਟ ਕਲੀਅਰ ਹੋ ਗਿਆ ਆ ਦੇਖ ਸਕਦੇ ਹੋ ਦਸੰਬਰ 2021 ਦੇ ਵਿੱਚ ਹੀ ਦੋਸਤੋ ਤੁਹਾਡੇ ਟਰਮ 1 ਦੇ ਪ੍ਰੀਖਿਆ ਹੋਣਗੀਆਂ ਠੀਕ ਹੈ ਜੀ ਨਵੰਬਰ ਦੇ ਵਿੱਚ ਨਹੀਂ ਹੋਣਗੇ ਦਸੰਬਰ 2021 ਦੇ ਵਿੱਚ ਹੋਣਗੇ ਠੀਕ ਹੈ ਜੀ 1 ਮਹੀਨਾ ਹਜੇ ਤੋਂ ਪੂਰਾ ਪਿਆ ਤੇ ਇੱਕ ਹੋਰ ਚੀਜ਼ ਵੀ ਦਿਖਾ ਦੇਣਾ ਦੋਸਤੋ ਦੇਖੋ ਇਹ ਪ੍ਰੈਸ ਨੋਟ ਆ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਜਾਰੀ ਕੀਤਾ ਵਾ ਇਹਦੇ ਵਿੱਚ ਵੀ ਦੇਖ ਸਕਦੇ ਹੋ ਦੋਸਤੋ ਕਲੀਅਰ ਕਰੀਅਰ ਇਹਨਾਂ ਨੇ ਲਿਖਿਆ ਵਾ ਕਿ ਟਰਮ 1 ਤੇ ਟਰਮ 2 ਦੀਆਂ ਪ੍ਰੀਖਿਆਵਾਂ ਹਰ ਇੱਕ ਪ੍ਰੀਖਿਆਰਤੀ ਲਈ ਦੇਣੀ ਜ਼ਰੂਰੀਆਂ ਹਨ ਠੀਕ ਹੈ ਜੀ ਤਾਂ ਟਰਮ 1 ਦੀਆਂ ਪ੍ਰੀਖਿਆਵਾਂ ਦੋਸਤੋ ਲਈਆਂ ਜਾ ਰਹੀਆਂ ਹਨ ਇਸ ਲਈ ਦੋਸਤੋ ਉਪਰੋਕਤ ਅਰਜ ਸ਼ੈਡਿਊਲ ਉਪਰੰਤ ਸ਼ੈਡਿਊਲ ਵਿੱਚ ਮੋੜਵਾਦਾ ਕਰਨਾ ਸੰਭਵ ਨਹੀਂ ਹੋਵੇਗਾ ਠੀਕ ਹੈ ਜੀ ਤਾਂ ਦੋਸਤੋ ਇੱਥੇ ਵੀ ਡਾਊਟ ਕਲੀਅਰ ਹੋ ਗਿਆ ਹਾਂਜੀ ਕੀ ਬਈ ਦਸੰਬਰ ਦੇ ਵਿੱਚ ਹੀ ਤੁਹਾਡੇ ਪੇਪਰ ਹੋਣਗੇ ਹੁਣ ਇਹ ਇੱਕ ਤਰੀਕ ਤੋਂ ਸ਼ੁਰੂ ਹੋ ਜਾਣ 10 ਤਰੀਕ ਤੋਂ ਸ਼ੁਰੂ ਹੋ ਜਾਣ ਠੀਕ ਹੈ ਜੀ ਇਹ 15 ਤਰੀਕ ਤੋਂ ਸ਼ੁਰੂ ਹੋ ਜਾਣ ਪਰ ਹੋਣਗੇ ਦਸੰਬਰ ਦੇ ਵਿੱਚ ਹੀ ਤੇ ਦੋਸਤੋ ਹੁਣ ਤੁਸੀਂ ਕਹੋਗੇ ਕਿ ਸਰ ਤੁਹਾਨੂੰ ਕਿਵੇਂ ਪਤਾ ਤੁਹਾਨੂੰ ਕਿਵੇਂ ਸ਼ੋਰ ਹੈ ਕਿ ਭਈ ਜਿਹੜੇ ਇਹ ਪੇਪਰ ਨੇ ਸਾਡੇ ਦਸੰਬਰ ਦੇ ਵਿੱਚ ਹੀ ਹੋਣਗੇ ਨਵੰਬਰ ਦੇ ਵਿੱਚ ਨਹੀਂ ਹੋਣਗੇ ਤਾਂ ਦੋਸਤੋ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਹ ਚੀਜ਼ ਦਿਖਾ ਦਿਨਾ ਇੱਕ ਜਿਹਦੇ ਨਾਲ ਤੁਹਾਡਾ ਇਹ ਡਾਊਟ ਕਲੀਅਰ ਹੋ ਜਾਏਗਾ ਤਾਂ ਦੋਸਤੋ ਆਹ ਦੇਖ ਸਕਦੇ ਹੋ ਜਿਹੜਾ ਪ੍ਰੀਖਿਆ ਫਾਰਮ ਤੇ ਫੀਸ ਦਾ ਜਿਹੜਾ ਇਹ ਸਾਰਾ ਸਿਸਟਮ ਆ ਠੀਕ ਹੈ ਜੀ ਇਹ 26 ਨਵੰਬਰ ਤੱਕ ਤਾਂ ਇਹੀ ਸਿਸਟਮ ਚੱਲਣਾ ਵਾ ਪ੍ਰੀਖਿਆ ਫਾਰਮ ਭਰਨ ਦਾ ਫੀਸ ਜਮਾ ਕਰਵਾਉਣ ਦਾ 26 ਨਵੰਬਰ ਤੱਕ ਤਾਂ ਇਹੀ ਕੰਮਕ

ਕੀ ਬਈ ਜਿਹੜੇ ਤੁਹਾਡੇ ਨਵੰਬਰ ਦੇ ਵਿੱਚ ਪੇਪਰ ਹੋ ਜਾਣ ਠੀਕ ਹੈ ਜੀ 26 ਨਵੰਬਰ ਤੱਕ ਤਾਂ ਤੁਹਾਡੇ ਇਹ ਫਾਰਮ ਵਗੈਰਾ ਦੇ ਕੰਮ ਹੀ ਚੱਲਣਗੇ ਜਦੋਂ ਫਾਰਮ ਵਗੈਰਾ ਫੀਸ ਵਗੈਰਾ ਸਾਰਿਆਂ ਦੀ ਸਬਮਿਟ ਹੋ ਗਈ ਉਹ ਤੋਂ ਉਸ ਤੋਂ ਬਾਅਦ ਠੀਕ ਹੈ ਜੀ ਹੁਣ ਦਸੰਬਰ ਦੇ ਵਿੱਚ ਹੀ ਮੰਨ ਕੇ ਚੱਲੋ ਠੀਕ ਹੈ ਜੀ ਕਿਉਂਕਿ ਦੋਸਤੋ ਆਹ ਨਵੰਬਰ ਦੇ ਵਿੱਚ ਤਾਂ 26 11 ਯਾਨੀ ਕਿ 26 ਨਵੰਬਰ ਤੱਕ ਤਾਂ ਫਾਰਮ ਵਗੈਰਾ ਦੇ ਹੀ ਕੰਮ ਚੱਲਣਗੇ ਜਿਵੇਂ ਕਿ ਇਹਨਾਂ ਨੇ ਲਿਖਿਆ ਹੋਇਆ ਹੈ ਕਿ ਮਾਨਯੋਗ ਚੇਅਰਮੈਨ ਜੀ ਦੇ ਪ੍ਰਵਾਨਗੀ ਨਾਲ ਠੀਕ ਹੈ ਜੀ ਇਹ 26 11 2021 ਤੱਕ ਫਾਰਮ ਵਗੈਰਾ ਫੀਸ ਵਗੈਰਾ ਸੀ ਪ੍ਰਭ ਨਹੀਂ ਵੀ ਇੱਥੇ ਸਾਫ ਸਾਫ ਲਿਖਿਆ ਹੋਇਆ ਵਾ ਠੀਕ ਹੈ ਜੀ 400 400 400 ਜੀ ਹਾਂ ਜੀ ਹੁਣ ਯਾਦ ਕਰ ਲੋ ਇਹ WhatsApp ਨੰਬਰ ਫਿਰ ਚਾਹੇ ਤੁਹਾਡਾ ਸਵਾਲ ਹੋਵੇ ਮੈਥ ਦਾ ਫਿਜ਼ਿਕਸ ਦਾ ਕੈਮਿਸਟਰੀ ਦਾ ਬਾਇਓਲੋਜੀ ਦਾ ਹੁਣ ਤੁਹਾਡੇ ਸਾਰੇ ਡਾਊਟ ਕਵੈਸਚਨ ਦਾ ਸੋਲੂਸ਼ਨ ਮਿਲੇਗਾ ਸਿੱਧਾ WhatsApp ਤੇ ਬਸ ਤੁਸੀਂ ਆਪਣੇ ਫੋਨ ਦੇ ਵਿੱਚ doubt not ਦਾ 8400400 WhatsApp ਨੰਬਰ ਸੇਵ ਕਰਨਾ ਹੈ ਤੇ ਚੈਟ ਓਪਨ ਕਰਨੀ ਹੈ ਤੇ ਜਿਹੜਾ ਵੀ ਤੁਹਾਡਾ ਡਾਊਟ ਹੈ ਉਸ ਦਾ ਫੋਟੋ ਕਲਿੱਕ ਕਰਨਾ ਹੈ ਤੇ ਉਸ ਨੂੰ ਕ੍ਰੋਪ ਕਰਨਾ ਹੈ ਤੇ ਤੁਰੰਤ ਤੁਹਾਡਾ 5 ਸੈਕਿੰਡ ਦੇ ਅੰਦਰ ਵੀਡੀਓ ਸੋਲੂਸ਼ਨ ਆ ਜਾਏ ক্লাস 6ਵੀਂ ਤੋਂ 12ਵੀਂ IIT JEE NEET CBSE ਬੋਰਡ ਜਾਂ ਫਿਰ ਕਿਸੇ ਵੀ ਸਟਾਫਾਂ ਫਿਰ ਦੇਰੀ ਕਿਸ ਗੱਲ ਦੇ ਵਿੱਚ ਹਜੇ ਜਾਓ 8400400 ਤੇ ਤੇ ਆਪਣਾ ਸਵਾਲ WhatsApp ਕਰੋ ਤੇ ਸਾਰੇ ਡਾਊਟਸ ਨੂੰ ਆਊਟ ਕਰੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਤਾਂ ਦੋਸਤੋ ਇਹਦੇ ਲਈ ਪ੍ਰੋਪਰ ਤੁਹਾਨੂੰ ਟਾਈਮ ਮਿਲੇਗਾ ਠੀਕ ਹੈ ਜੀ 20-25 ਦਿਨ ਤੁਹਾਨੂੰ ਪਹਿਲਾਂ ਪਤਾ ਲੱਗ ਜਾਏਗਾ ਕਿ ਤੁਹਾਡੀ ਡੇਟ ਸ਼ੀਟ ਆ ਗਈ ਤੇ ਇੰਨੇ ਤਰੀਕ ਨੂੰ ਤੁਹਾਡੇ ਪੇਪਰ ਨੇ ਸਾਰਾ ਕੁਝ ਕਲੀਅਰ ਹੋ ਜਾਏਗਾ ਠੀਕ ਹੈ ਜੀ ਤੇ ਇਸ ਦੇ ਵਿੱਚ ਦੋਸਤੋ ਇਹਨਾਂ ਨੇ ਕੀ ਲਿਖਿਆ ਹੈ ਇੱਕ ਹੋਰ ਗੱਲ ਲਿਖੀ ਹੋਈ ਹੈ ਕਿ ਜਿਹੜੇ ਪ੍ਰੀਖਿਆਰਤੀ ਦੋਸਤੋ ਪ੍ਰੀਖਿਆ ਫੀਸ ਨਹੀਂ ਭਰਨਗੇ ਉਹ ਪ੍ਰੀਖਿਆ ਵਿੱਚ ਅਪੀਅਰ ਨਹੀਂ ਹੋ ਸਕਣਗੇ ਅਤੇ ਪ੍ਰੀਖਿਆਰਤੀ ਖੁਦ ਅਤੇ ਵਿਦਿਅਕ ਸੰਸਥਾਵਾਂ ਸਕੂਲ ਜ਼ਿੰਮੇਵਾਰ ਹੋਣਗੇ ਠੀਕ ਹੈ ਜੀ ਇਹ ਤੁਹਾਡੇ ਸਕੂਲ ਵਾਲਿਆਂ ਦੀ ਰਿਸਪੌਂਸਿਬਿਲਟੀ ਆ ਕਿ ਉਹ ਤੁਹਾਡਾ ਪ੍ਰੀਖਿਆ ਫਾਰਮ ਭਰ ਕੇ ਫੀਸ ਜਮ੍ਹਾਂ ਕਰਵਾਉਣ ਨਹੀਂ ਤਾਂ ਦੋਸਤੋ ਤੁਸੀਂ ਆਪਣੇ ਪੇਪਰ ਦੇਣ ਤੋਂ ਰਹਿ ਜਾਓਗੇ ਟਰਮ 1 ਦੇ ਕਿਉਂਕਿ ਇਹਨਾਂ ਨੇ ਇਹਨਾਂ ਸਾਫ਼-ਸਾਫ਼ ਗੱਲ ਕਹੀ ਹੈ ਕਿ ਜਿਹੜੇ ਟਰਮ 1 ਦੇ ਫਾਰਮ ਤੇ ਫੀਸ ਜਮ੍ਹਾਂ ਕਰਵਾਉਣਗੇ ਠੀਕ ਹੈ ਜੀ ਉਹੀ ਪੇਪਰ ਦੇ ਸਕਣਗੇ ਇਸ ਲਈ ਦੋਸਤੋ ਸਕੂਲ ਵਾਲੇ ਨਾਲ ਕੰਟੈਕਟ ਦੇ ਵਿੱਚ ਰਹੋ ਠੀਕ ਹੈ ਜੀ ਜਿਹੜੇ ਪ੍ਰਾਈਵੇਟ ਸਕੂਲ ਵਾਲੇ ਆ ਬਾਕੀ ਗਵਰਨਮੈਂਟ ਸਕੂਲ ਵਾਲੇ ਦਾ ਆਪਣਾ ਕੰਮ ਪ੍ਰੋਪਰ ਕਰਦੇ ਹੀ ਆ ਠੀਕ ਹੈ ਜੀ ਤੇ ਦੋਸਤੋ ਓਪਨ ਸਕੂਲ ਦੇ ਵਿਦਿਆਰਥੀਆਂ ਦੇ ਬਹੁਤ ਜ਼ਿਆਦਾ ਕਮੈਂਟ ਆ ਰਹੇ ਸੀਗੇ ਕਿ ਓਪਨ ਸਕੂਲ ਪ੍ਰਖਿਆਰਤੀ ਲਈ ਉਪਰੋਕਤ ਸ਼ੈਡਿਊਲ ਅਨੁਸਾਰ ਫੀਸ ਭਰਨੀ ਲਾਜ਼ਮੀ ਹੋਵੇਗੀ ਉਹਨਾਂ ਪ੍ਰੀਖਿਆ ਸਬੰਧੀ ਵੱਖਰੇ ਤੌਰ ਤੇ ਛੇਤੀ ਹੀ ਸੂਚਿਤ ਕਰ ਦਿੱਤਾ ਜਾਵੇਗਾ ਅਤੇ ਪ੍ਰੀਖਿਆਰਥੀ ਸਮੇਂ-ਸਮੇਂ ਬੋਰਡ ਦੀ ਵੈੱਬਸਾਈਟ ਚੈੱਕ ਕਰਦੇ ਰਹਿਣ ਤਾਂ ਦੋਸਤੋ ਦੇਖੋ ਤੁਹਾਨੂੰ ਵੀ ਇਹ ਫੀਸ ਜਿਹੜੀ ਹੈਗੀ ਆ ਭਰਨੀ ਪੈਗੀ ਜਿਹੜੀ ਆ ਟਰਮ 1 ਦੀ ਪ੍ਰੀਖਿਆ ਦੀ ਫੀਸ ਆ ਪਰ ਦੋਸਤੋ ਤੁਹਾਨੂੰ ਵੱਖਰੇ ਤੌਰ ਤੇ ਛੇਤੀ ਹੀ ਸੂਚਿਤ ਕਰ ਦਿੱਤਾ ਜਾਵੇਗਾ ਤੁਹਾਡੇ ਐਗਜ਼ਾਮ ਦੇ ਬਾਰੇ ਓਪਨ ਸਕੂਲ ਦੇ ਬਾਰੇ ਪਰ ਦੋਸਤੋ ਦੇਖੋ ਜਿੱਥੇ ਤੱਕ ਮੈਨੂੰ ਲੱਗਦਾ ਕਿ ਜਿਹੜੇ ਟਰਮ 1 ਦੇ ਪੇਪਰ ਹੋ ਰਹੇ ਆ ਇਹ ਤੁਹਾਡੇ ਵੀ ਟਰਮ 1 ਦੇ ਪੇਪਰ ਲੈਣਗੇ ਇਸ ਲਈ ਦੋਸਤੋ ਪ੍ਰੀਖਿਆrti ਸਮੇ ਸਮੇ ਬੋਰਡ ਦੀ ਵੈਬਸਾਈਟ ਤੇ ਚੈੱਕ ਕਰਦੇ ਰਹਿਣ ਠੀਕ ਹੈ ਜੀ ਤੇ ਤੁਹਾਨੂੰ ਆ ਜਾਣਕਾਰੀ ਮਿਲ ਜਾਏਗੀ ਤੁਹਾਡੇ ਪੇਪਰ ਬਾਰੇ ਵੱਖਰੇ ਤੌਰ ਤੇ ਤੁਹਾਨੂੰ ਦੱਸ ਦਿੱਤਾ ਜਾਏਗਾ ਜਦੋਂ ਡੇਢ ਸੀਟ ਆਉਣਾ ਦੋਸਤੋ ਉਦੋਂ ਸਾਰਾ ਡਾਊਟ ਕਲੀਅਰ ਹੋ ਜਾਏਗਾ ਤੁਹਾਡਾ ਓਪਨ ਸਕੂਲ ਦਾ ਵੀ ਠੀਕ ਹੈ ਜੀ